ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰਾਂ ਟੌਪ 20 ਨਿਊਜ਼ ਐਂਡ ਥਿਸ ਵੀਟਨੈਸ ਸਪੌਂਸਰਡ ਬਾਈ ਤਾਬਾਸਰੀਟਸ ਐਂਡ ਰੈਸਟੋਰੈਂਟਸ ਅੰਡਰਕਾਰ ਲਿਚਸਟੇ ਕੈਨਾ ਸਰਕਾਰ ਨੇ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟਿਆਂ 'ਚ ਕੀਤੀ ਕਟੌਤੀ ਕੈਨਾ ਦੇ ਜਸਟਿਨ ਟੋਡੋ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੇ ਕੰਮ ਦੇ ਘੰਟੇ ਘਟਾ ਦਿੱਤੇ ਹੈ ਜਿਸ ਦੇ ਕਾਰਨ ਹੁਣ ਉਹਨਾਂ ਲਈ ਆਪਣੇ ਖਰਚੇ ਪੂਰੇ ਕਰਨੇ ਔਖੇ ਹੋ ਜਾਣਗੇ ਕੈਨਨ ਸਰਕਾਰ ਕਾਰ ਅਤੇ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਪ੍ਰਵਾਸੀ ਵਿਦਿਆਰਥੀਆਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ ਜਿਸ ਦੇ ਲਈ ਉਹ ਨਵੇਂ ਨੀਮ ਬਣਾ ਰਹੀ ਹੈ ਬੰਗਲਾਦੇਸ਼ ਵਿੱਚ ਸ਼ੇਖ ਅਸਿਨਾ ਸਰਕਾਰ ਦੇ ਪਤਨ ਤੋਂ ਬਾਅਦ ਮੁਹੰਮਦ ਯੂਨਿਸ ਦੀ ਇੱਕ ਵਾਈ ਵਾਲੀ ਅੰਤ੍ਰिम ਸਰਕਾਰ ਨਿੱਤ ਨਵੇਂ ਫੈਸਲੇ ਲੈ ਰਹੀ ਹੈ। ਇਹਨਾਂ ਸਰਕਾਰ ਨੇ ਹਸੀਨਾ ਦੇ ਕਈ ਫੈਸਲੇ ਪਲਟ ਦਿੱਤੇ ਆ। ਇਸ ਦੌਰਾਨ ਦੁਰਗਾ ਪੂਜਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਬੰਗਲਾਦੇਸ਼ ਸਰਕਾਰ ਨੇ ਹਿਲਸਾ ਮੱਛੀ ਦੇ ਨਿਰਿਆਤ ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਦੁਰਗਾ ਪੂਜਾ ਤੋਂ ਕੁਝ ਦਿਨ ਪਹਿਲਾਂ ਇਸ ਫੈਸਲੇ ਦਾ ਬੰਗਾਲੀ ਲੋਕਾਂ ਅਤੇ ਭਾਰਤ ਦੇ ਕਾਫੀ ਅਸਰ ਪਵੇਗਾ। ਗਾਜ਼ਾ ਤੇ ਇਜ਼ਰਾਈਲੀ ਹਮਲਾ ਗਾਜ਼ਾ ਦੇ ਖਾਨ ਯੂਨਿਸ ਵਿੱਚੋਂ ਵਿਸਥਾਪਿਤ ਲੋਕਾਂ ਨੂੰ ਪਨਾਹ ਦੇਣ ਵਾਲੇ ਤੰਬੂਆਂ ਤੇ ਇਜ਼ਰਾਈਲੀ ਹਵਾਈ ਹਮਲੇ ਚ ਘੱਟੋ ਘੱਟ 40 ਫਲਸਿਨੀਆ ਦੀ ਮੌਤ ਹੋ ਚੁੱਕੀ ਹੈ ਤੇ 60 ਤੋਂ ਵੱਧ ਚੱਕਮੀ ਦੱਸੇ ਜਾ ਰਿਹਾ ਹੈ ਫਲਸਿਨੀ ਡਾਕਟਰਾਂ ਨੇ ਦੱਸਿਆ ਹੈ ਕਿ ਇਜ਼ਰਾਈਲੀ ਲੜਾਕੂ ਜਹਾਜ਼ ਨੇ ਖਾਨ ਯੂਨਿਸ ਵਿੱਚ ਮਵਾਸੀ ਚ ਰਾਕਟ ਧੱਕੇ ਜਿਹਦੇ ਨਾਲ ਤਬਾਹੀ ਹੋਈ ਹੈ ਤੇ ਬਹੁਤ ਸਾਰੇ ਲੋਕ ਮਰ ਗਏ ਹੈ ਆਸਟ੍ਰੇਲੀਆ 'ਚ ਸੋਸ਼ਲ ਮੀਡੀਆ 'ਤੇ ਬੱਚਿਆਂ ਦੀ ਪਹੁੰਚ ਲਈ ਘੱਟੋ-ਘੱਟ ਉਮਰ ਤੈਅ ਕਰੇਗੀ ਸਰਕਾਰ ਪ੍ਰਧਾਨ ਮੰਤਰੀ ਐਂਥਨੀ ਹਲਬਾਨੀਜ਼ ਨੇ ਕਿਹਾ ਹੈ ਕਿ ਸਰਕਾਰ ਜਲਦੀ ਹੀ ਬੱਚਿਆਂ ਨੂੰ ਸੋਸ਼ਲ ਮੀਡੀਆ ਖਾਤੇ ਖੋਲਣ ਤੋਂ ਰੋਕਣ ਲਈ ਉਮਰ ਦੀ ਪੁਸ਼ਟੀ ਕਰਨ ਵਾਲੀ ਤਕਨੀਕ ਦਾ ਪ੍ਰੀਖਣ ਕਰੇਗੀ ਕਈ ਦੇਸ਼ ਤੇ ਅਮਰੀਕੀ ਰਾਜ ਸੋਸ਼ਲ ਮੀਡੀਆ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆਸਟ੍ਰੇਲੀਆ ਨੇ ਇਹ ਕਦਮ ਉਸ ਸਮੇਂ ਉਠਾਇਆ ਜਦੋਂ ਮਾਪੇ ਆਪਣੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਦੀ ਮੰਗ ਕਰ ਰਹੇ ਹੈ ਗਾਜ਼ਾ ਦੀ ਸਥਿਤੀ ਛੋਬੀਗਾ ਬਦਲਾ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੇਨੀ ਵਾਂਗ ਨੇ ਕਿਹਾ ਕਿ ਗਾਜ਼ਾ ਦੀ ਸਥਿਤੀ ਵਿੱਚ ਅਸਲ ਬਦਲਾ ਦੇਖਣ ਲਈ ਦਬਾਅ ਬਣਾਉਂ ਤੇ ਮਕਸਦ ਨਾਲ ਵਿੱਚ ਇਨਸਮੇਟ ਕਈ ਸਾਂਝੇਦਾਰਾਂ ਨਾਲ ਕੰਮ ਕਰੀ ਹੈ ਨਿ ਗਾਰਡੀਅਨ ਦੇ ਅਨੁਸਾਰ ਰਿਪੋਰਟ ਦਿੱਤੀ ਗਈ ਹੈ ਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਸਰਕਾਰ ਨੇ 2024 ਦੀ ਸ਼ੁਰੂਆਤ 'ਚ ਸਪਸ਼ਟਤਾ ਦਿੱਤਾ ਸੀ ਕਿ ਜ਼ਾਇਲ ਨੂੰ ਵਸਤੂਆਂ ਦੇ ਬਰਾਮਦ ਤੇ ਪਰਮਿਟ ਦੀ ਅਰਜੀ ਸਿਰਫ ਉਹਨਾਂ ਵਸਤੂਆਂ ਲਈ ਸਵੀਕਾਰ ਕੀਤੀ ਗਈ ਹੈ ਜਿਨ੍ਹਾਂ ਦੀ ਮੁਰੰਮਤ ਦੀ ਲੋੜ ਹੈ ਅਫਗਾਨਿਸਤਾਨ ਨੇ ਨਾਰਵੇ ਵਿੱਚ ਅੰਬੈਸੀ ਬੰਦ ਕਰਨ ਦਾ ਕੀਤਾ ਐਲਾਨ ਕੁਝ ਮਹੀਨੇ ਪਹਿਲਾਂ ਤਾਲਿਬਾਨ ਨੇ ਕਿਹਾ ਸੀ ਕਿ ਉਹ ਨਾਰਵੇ ਅੰਬੈਸੀ ਸਮੇਤ ਪਿਛਲੀ ਪੱਛਮੀ ਸਮਰਥਿਤ ਸਰਕਾਰ ਦੁਆਰਾ ਸਥਾਪਿਤ ਕੂਟਨੀਤਿਕ ਮਿਸ਼ਨ ਨੂੰ ਮਾਨਤਾ ਨਹੀਂ ਦਿੰਦਾ ਇੱਕ ਬਿਆਨ ਦੇ ਵਿੱਚ ਅੰਬੈਸੀ ਨੇ ਐਲਾਨ ਕੀਤਾ ਹੈ ਕਿ ਕੂਟਨੀਤਿਕ ਮਿਸ਼ਨ ਵੀਰਵਾਰ ਨੂੰ ਬੰਦ ਰਹੇਗਾ ਬਿਆਨ ਦੇ ਅਨੁਸਾਰ ਅੰਬੈਸੀ ਦੀ ਮਾਤ ਨਾਰਵੇ ਦੇ ਵਿਦੇਸ਼ ਮੰਤਰਾਲੇ ਨੂੰ ਸੌਂਪ ਦਿੱਤੀ ਜਾਵੇਗੀ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਭਾਰਤ-ਚੀਨ ਸਰਹੱਦ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇੱਕ ਵਾਰ ਫਿਰ ਨਿਸ਼ਾਨਾ ਸਾਧਦੀ ਹੋਈ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਿਆ ਤੇ ਦੀਆਂ ਫੌਜਾਂ ਨੇ ਲਦਾਖ ਵਿੱਚ 4000 ਵਰਕਿਲੋਮੀਟਰ ਜ਼ਮੀਨ ਤੇ ਕਬਜਾ ਕਰ ਲਿਆ ਹੈ ਅਮਰੀਕਾ ਦਾਰੇ ਤੇ ਚੌਧਰੀ ਲੋਕਸਭਾ ਵਿੱਚੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਡੀਸੀ ਵਿੱਚ ਨੈਸ਼ਨਲ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਨਿ ਟਿੱਪਣੀ ਕੀਤੀ ਹੈ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਝੜਪ ਵਿੱਚ 8 ਅਫਗਾਨ ਫੌਜੀਆਂ ਦੀ ਹਵਾਈ ਮਾਰਤ ਰਿਪੋਰਟ ਦੇ ਅਨੁਸਾਰ ਜੇਕਰ ਗੱਲ ਕਰੀਏ ਤਾਂ ਅਫਗਾਨ ਫੌਜ ਨੇ ਖੁਰਮਚਲੇ ਦੇ ਆਦੀਨ ਪਲੋਸਿੰਗ ਖੇਤਰ ਵਿੱਚ ਪਾਕਿਸਤਾਨੀ ਸਰਹੱਦੀ ਚੌਕੀ ਤੇ ਪਾਰੀ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਦੇ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਚੋਪੀ ਕਾਰਵਾਈ ਕੀਤੀ ਹੈ ਹਾਲੀ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਫਗਾਨ ਫੌਜ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਹਮਲਾ ਕੀਤਾ ਹੈ ਸਿਡਨੀ ਵਿੱਚੋਂ ਕਾਰਚੋਸ਼ਕੀ ਹਾਲਤ ਵਿੱਚ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ ਨਜ਼ਦੀਕੀ 9 ਤੇ 11 ਸਾਲ ਦੇ ਦੋ ਲੜਕੀਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਇੱਕ ਪਰਿਵਾਰਕ ਮੈਂਬਰ ਨੇ ਦੇਖੀਆਂ ਤੇ 42 ਸਾਲਾ ਆਦਮ ਨੂੰ ਸਿਰ ਹਾਲਤ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ਲਿਜਾਇਆ ਗਿਆ ਐਨਐਸਡਬਲਿਊ ਪੁਲਿਸ ਨੇ ਬਿਆਨ ਚੁੱਕਿਆ ਹੈ ਕਿ ਖੇਤਰੀ ਅਧਿਕਾਰੀ ਤੇ ਰਾਜ ਅਪਰਾਧ ਕਮਾਂਡ ਦੇ ਹੋਮਿਸਾਈਡ ਸਕਵਡ ਮੌਤਾਂ ਦੀਆਂ ਸਥਿਤੀਆਂ ਦੀ ਜਾਂਚ ਕਰ ਰਹੀ ਹੈ ਆਪਕਾਰੀ ਨੀਤੀ ਜੋ ਕथित ਕਾਪਲੇ ਨੂੰ ਲਾ ਕੇ ਮੋਕ ਮੰਤਰੀ ਅਰਵਿੰਦ ਕੇ ਜੀਵਾਲ ਨੂੰ ਜੇਲ੍ਹ ਚ ਬੰਦ ਕਰਨ ਨਾਲ ਦਿੱਲੀ ਚ ਰਾਸ਼ਟਰਪਤੀ ਸ਼ਾਸਨ ਲਾਗੂ ਹੁੰਦਾ ਖਤਰਾ ਹੈ ਹਾਲਾਂਕਿ ਆਮ ਆਦਮੀ ਪਾਰਟੀ ਨੇ ਵਾਰ-ਵਾਰ ਕਿਹਾ ਹੈ ਕਿ ਸੀਐਮ ਕੇ ਜੀਵਾਲ ਹੀ ਜੇਲ੍ਹ ਤੋਂ ਦਿੱਲੀ ਸਰਕਾਰ ਚਲਾਉਣਗੇ ਤਾਜ਼ਾ ਮਾਮਲੇ ਵਿੱਚ ਮੰਗ ਪੱਤਰ ਚ ਦਿੱਲੀ ਚ ਸੰਵਿਧਾਨਿਕ ਸੰਘਰਸ਼ ਪੈਦਾ ਹੋਣ ਦਾ ਦੋਸ਼ ਲਾਉਂਦੇ ਹਨ ਦਿੱਲੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਸੀ ਨਾਡਾਦੀ ਮੋਤਲੀ ਖਿਲਾਫ ਦਿੱਲੀ ਹਾਈ ਕੋਰਟ ਪੁਰਜੇ ਬਜਰੰਗ ਪੁਨਿਆ ਹਲਵਾਨੀਆਂ ਵਿੱਚ ਅਕਤੂਬਰ ਚ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਪਹਿਲਾਂ ਪਹਿਲਵਾਨ ਬਜਰੰਗ ਪੁਨਿਆ ਨੇ ਕੌਮੀ ਐਂਟੀ ਡੋਪਿੰਗ ਏਜੰਸੀ ਵੱਲੋਂ ਮੋਤਲੀ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਐਂਟੀ ਡੋਪਿੰਗ ਏਜੰਸੀ ਭਾਰਤੀ ਸੰਵਿਧਾਨ ਤਹਿਤ ਪਿਆਸ ਕਰਨ ਤੇ ਰੋਜ਼ੀ-ਰੋਟੀ ਕਮਾਉਣ ਦੇ ਉਹਦੇ ਬੁਨਿਆਦੀ ਹੱਕਾਂ ਦਾ ਲੰਘਣ ਕਰ ਰਹੀ ਹੈ ਜਿਉਂਦੀ ਮੋਤਲੀ ਨੂੰ ਹਟਾਇਆ ਨਹੀਂ ਜਾਉਂਦਾ ਤਾਂ ਉਹਨਾਂ ਨੂੰ ਮਜਬੂਰ ਹੋ ਕੇ ਸੇਵਾ ਮੁਕਤੀ ਲੈਣੀ ਪੈ ਸਕਦੀ ਹੈ। ਸੁਪਰੀਮ ਕੋਰਟ ਵੱਲੋਂ ਸਮੇਤ ਸੈਣੀ ਖਿਲਾਫ ਫੋਇਆ ਰੱਦ ਕਰਨ ਤੋਂ ਨਾ ਸੁਪਰੀਮ ਕੋਰਟ ਨੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮਲਤਾਨੀ ਦੀ ਗੁੰਮਸ਼ੁਦਗੀ ਤੇ ਕਤਲ ਨਾਲ ਸੰਬੰਧਿਤ 33 ਸਾਲ ਪੁਰਾਣੀ ਕੇਸ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸਮੇਤ ਸਿੰਘ ਸੈਣੀ ਖਿਲਾਫ ਦਰਜ ਸਜਰੀ ਐਫ ਆਈ ਆਰ ਚ ਦਖਲ ਦੇਣ ਤੋਂ ਨਾ ਕਰ ਦਿੱਤੀ ਹੈ ਜਸਿਸ ਐਮ ਐਮ ਸੁੰਦਰੇਸ਼ ਤੇ ਜਸਿਸ ਪੰਕਜ ਮਿੱਤਲ ਦੀ ਬੈਂਚ ਨੇ ਕਿਹਾ ਕਿ ਕੇਸ ਵਿੱਚ ਦਰਜ ਚਾਰ ਸ਼ੀਟ ਦਾਖਲ ਹੋ ਚੁੱਕੀ ਹੈ ਲਿਹਾਜ਼ਾ ਉਸ ਪੜਾ ਤੇ ਫੋਇਆ ਚ ਦਖਲ ਨਹੀਂ ਦੇਣਾ ਚਾਹੀਦੀ ਕਲਕੱਤਾ ਕਾਂਡ ਜੂਨੀਅਰ ਡਾਕਟਰਾਂ ਦਾ ਪ੍ਰਦਰਸ਼ਨ ਜਾਰੀ ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨ ਕਰੀ ਜੂਨੀਅਰ ਡਾਕਟਰਾਂ ਨੂੰ ਸ਼ਾਮ 5 ਵਜੇ ਤੱਕ ਡਿਊਟੀ ਤੇ ਪਰਤਣ ਦੇ ਹੁਕਮ ਦਿੱਤੇ ਗਏ ਸੀ ਇਹਦੇ ਬਾਵਜੂਦ ਵੀ ਉਹਨਾਂ ਆਪਣੀ ਪ੍ਰਦਰਸ਼ਨ ਜਾਰੀ ਰੱਖਿਆ ਡਾਕਟਰ ਰਾਜਕਰ ਮੈਡੀਕਲ ਕਾਲਜ ਅਤੇ ਹਸਪਤਾਲ ਚ ਜੂਨੀਅਰ ਡਾਕਟਰ ਨਾਲੇ ਜ਼ਬਰਜਨਾਤ ਤੇ ਹੱਤਿਆ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰੀ ਹੈ ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੰਮਤਾ ਬੇਨਰਜੀ ਨੇ ਸ਼ਾਮ ਸਹਿਸਕਤਰ ਐਨਐਸਐ ਨਿਗਮ ਰਾਹੀਂ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰ ਰਾਜ ਸਕੱਤਰੇਤ ਵਿੱਚ ਮੀਟਿੰਗ ਲਈ ਸੱਦਾ ਪੇਜ ਹੈ ਸੁਵੰਨੀ ਜੁਨੀਅਰ ਡਾਕਟਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੂੰ ਰਾਜ ਸਕੱਤਰੇਤ ਤੋਂ ਕੋਈ ਈਮੇਲ ਨਹੀਂ ਮਿਲੀ ਕੰਪਿਊਟਰ ਅਧਿਆਪਕਾਂ ਵੱਲੋਂ ਡੀਸੀ ਦਫ਼ਤਰ ਅੱਗੇ ਦਿਨ ਰਾਤ ਦਾ ਪੱਕਾ ਮੋਰਚਾ ਲਗਾ ਕੇ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਪਖੜਤਾਲ 10ਵੇਂ ਦਿਨ ਵੀ ਚੱਲ ਰਹੀ ਹੈ। ਆਗੂ ਨੇ ਦੱਸਿਆ ਕਿ ਪਲਕੀ 11 ਸੱਮਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਪੈਨਲ ਮੀਟਿੰਗ ਹੋ ਰਹੀ ਹੈ ਜਿਦੇ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ 'ਚ ਸ਼ਾਮਲ ਕਰਕੇ ਸਾਰੇ ਬੰਦੇ ਹੱਕ ਅਤੇ ਲਾਭ ਦੇਣ ਅਤੇ ਤੁਰੰਤ ਲਾਗੂ ਕਰਨ ਦੀ ਮੰਗ ਰੱਖੀ ਜਾਵੇਗੀ। ਉਹਨਾਂ ਇਹ ਵੀ ਦਰਾਇਆ ਹੈ ਕਿ ਜੇ ਪਲਕੀ ਹੋਣ ਵਾਲੀ ਮੀਟਿੰਗ 'ਚ ਮੰਗਾ ਨਾ ਮੰਨੀਆਂ ਗਈਆਂ ਤਾਂ 14 ਸਤੰਬਰ ਨੂੰ ਚੰਡੀਗੜ੍ਹ ਵਿੱਚ ਮਹਾਰੈਲੀ ਕਰਕੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਦਾ ਕਰਾਓ ਕੀਤਾ ਜਾਵੇਗਾ ਦੋ ਸਾਬਕਾ ਮੰਤਰੀਆਂ ਨੇ ਸ਼ਿਕਾਲ ਤੱਕ ਸਾਹਿਬ ਤੇ ਸਪਸ਼ਟੀਕਰਨ ਸੌਂਪੇ ਸ਼ੋਮਨੀਆ ਕਾਲੀਦਲ ਨਾਲ ਸੰਬੰਧਿਤ ਸਾਬਕਾ ਮੰਤਰੀ ਸਵਰਨ ਸਿੰਘ ਫਲਾਰ ਅਤੇ ਸਿਕੰਦਰ ਸਿੰਘ ਮਲੂਕ ਨੇ ਸ਼ਿਕਾਲ ਤੱਕ ਸਾਹਿਬ ਦੇ ਇਸ ਕਤ੍ਰਿਤ ਵਿਖਿਆਪਨਾ ਸਪਸ਼ਟੀਕਰਨ ਸੌਂਪ ਦਿੱਤਾ ਉਹਨਾਂ ਤੋਂ ਪਹਿਲਾਂ ਸੁਜੀਤ ਸਿੰਘ ਬਾਦਲ ਸਣੇ ਲਗਭਗ 12 ਸਾਬਕਾ ਮੰਤਰੀ ਆਪਣਾ ਸਪਸ਼ਟੀਕਰਨ ਸੌਂਪ ਕੇ ਆ ਸਾਬਕਾ ਮੰਤਰੀ ਸਵਰਨ ਸਿੰਘ ਫਲਾਰ ਨੇ ਦੱਸਿਆ ਕਿ ਉਹ ਸਿਰਫ 2012 ਤੋਂ ਲੈ ਕੇ 2014 ਤੱਕ ਮੰਤਰੀ ਰਹੇ ਐ ਤੇ ਇਸ ਮਗਰੋਂ ਸਿਫਾ ਦੇ ਦਿੱਤਾ ਸੀ ਇਹਨਾਂ ਸਪਸ਼ਟੀਕਰਨ ਵਿੱਚ ਆਪਣੀ ਸਿਧੀ ਕੁਸ਼ਤੀ ਕੀਤੀ ਹੈ ਤੇ ਕਿਹਾ ਹੈ ਕਿ ਸ਼੍ਰੀ ਅਕਾਲ ਤੱਕ ਸਾਹਿਬ ਵੱਲੋਂ ਇਸ ਮਾਮਲੇ ਵਿੱਚ ਜੋ ਵੀ ਆਦੇਸ਼ ਹੋਵੇਗਾ ਉਸ ਨੂੰ ਖਿੜੇ ਮੱਥੇ ਪਰਵਾਣ ਕਰਨਗੇ ਮਨਪ੍ਰੀਤ ਬਾਦਲ ਦੇ ਪਲਾਂਟ ਦੀ ਸਰਕਾਰ ਵੱਲੋਂ ਪੜਤਾਲ ਦੇ ਹੁਕਮ ਜਾਰੀ ਪੰਜਾਬ ਸਰਕਾਰ ਨੇ ਸਾਬਕਾ ਵਿੱਤ ਮੰਤਰੀ ਪੰਪਰੀ ਸਿੰਘ ਬਾਦਲ ਨੂੰ ਵਿਵਾਦਿਤ ਪਲਾਂਟਾਂ ਤੇ ਉਸਾਰੀ ਲਈ ਹਰੀ ਚੰਡੀ ਦੇਣ ਵਾਲੇ ਅਫਸਰਾਂ ਤੇ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹੈ ਵਿਜੀਲੈਂਸ ਵਿਭਾਗ ਦੇ ਸਕੱਤਰ ਨੇ ਵੱਡਾ ਦੇ ਪ੍ਰਬੰਧਕੀ ਸਕੱਤਰ ਨੂੰ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਸੀ ਤੇ ਨਾਲ ਹੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਵੱਲੋਂ ਪੇਚੇ ਪੱਤਰ ਦੀ ਕਾਪੀ ਵੀ ਦਿੱਤੀ ਗਈ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਛਾਣਬੀਂਦ ਕਰਨ ਦੀ ਹਦਾਇਤ ਦਿੱਤੀ ਹੈ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕਾਮ ਦਸਤਰਾੰਗੇ ਤਰਨਾ ਪਾਵਰਕਾਮ ਕਰਮਚਾਰੀ ਡਿਊਟੀ ਦੌਰਾਨ ਖਾਤ-ਖਾਸੀ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦਾਂ ਦਾ ਦਰਜਾ ਦੇਣ ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸਹੂਲਤ ਲਾਗੂ ਕਰਵਾਉਣ ਲਗਾਤਾਰ ਸੰਘਰਸ਼ ਕਰ ਰਿਹਾ ਹੈ ਮੁਲਾਜ਼ਮਾਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਮੰਗਾਂ ਬਣਵਾਉਣ ਲਈ 10 ਸਤੰਬਰ ਤੋਂ 12 ਸਤੰਬਰ ਤੱਕ 3 ਦਿਨ ਲਈ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡ दफ्तर आगे रोष प्रदर्शन करेंगे ਤੇਲ ਕੀਮਤਾਂ 'ਚ ਵਾਧੇ ਖਿਲਾਫ ਆਰਐਮਪੀਆਈ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਲੰਧਰ ਕਪੂਰਥਲਾ ਇਕਾਈ ਵੱਲੋਂ ਕੈਬਨਟ ਮੰਤਰੀ ਬਲਕਾਰ ਸਿੰਘ ਦੀ ਰਿਹائش ਅੱਗੇ ਪ੍ਰਦਰਸ਼ਨ ਕੀਤਾ ਗਿਆ ਹੈ। ਇਹਦੇ ਮਗਰੋਂ ਉਹਨਾਂ ਨੇ ਪੀਏ ਨੂੰ ਮੰਗ ਪੱਤਰ ਵੀ ਦਿੱਤਾ ਹੈ। ਪ੍ਰਦਰਸ਼ਨ ਦੌਰਾਨ ਪੰਜਾਬ ਤੇ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ ਹੈ। ਆਗੂਆਂ ਨੇ ਮੰਗ ਕੀਤੀ ਹੈ ਕਿ ਡੀਜ਼ਲ ਪੈਟਰੋਲ, ਬਿਜਲੀ ਤੇ বাস ਕਿਰਾਏ ਚੁਕਿਤਾ ਵਾਅਦਾ ਤੁਰੰਤ ਵਾਪਸ ਲਿਆ ਜਾਵੇ। हरियाणा विधानसभा ਚੋਣਾਂ ਆਪ ਨੇ 11 ਹੋਰ ਉਮੀਦਵਾਰ ਐਲਾਨੇ ਬਿਤੀ ਰਾਤ ਅਮਦਮੀ ਪਾਰਟੀ ਦੇ ਕੌਮੀ ਸੰਗਠਨ ਜਨਸਕਤਾ ਡਾਕਟਰ ਸੰਦੀਪ ਪਾਠਕ ਵੱਲੋਂ ਦਿੱਲੀ ਸਿਦ ਪਾਰਟੀ ਹੈਡਕੁਆਰਟਰ ਤੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਜਿਦੇ ਵਿੱਚ ਰੋਦਾਰ ਤੋਂ ਭੀਮ ਸਿੰਘ ਨਿਲੋਖੇੜੀ ਤੋਂ ਅਮਰ ਸਿੰਘ ਇਸਰਾਣਾ ਤੋਂ ਅਮਿਤ ਕੁਮਾਰ ਰਾਈ ਤੋਂ ਰਾਜੇਸ਼ ਸਰੋਹਾ ਖਰਖੋਦਾ ਤੋਂ ਮਨਜੀਤ ਫਰਮਾਨਾ ਗੜੀ ਸੰਫਲਾ ਕਲੋਨੀ ਤੋਂ ਪਰਵੀਨ ਕਲਾਨਾਰ ਤੋਂ ਨਰੇਸ਼ ਬਾਗੜੀ ਜੱਜਰ ਤੋਂ ਮਹਿੰਦਰ اٹੇਲੀ ਤੋਂ ਸੁਨੀਲ 리와ੜੀ ਤੋਂ ਸੀ यादव ਤੇ ਹਾਥੀਨ ਤੋਂ ਕਰਨਲ ਰਜਿੰਦਰ 라ਵੰਦਿਆ ਸ਼ਾਮਲ ਹੈ ਆਕੀਉ ਦੀ ਮੀਟਿੰਗ ਵਿੱਚ ਕਿਸਾਨੀ ਮਸਲੇ ਵਿਚਾਰੇ ਪਾਰਤੀ ਕਿਸਾਨੀ ਯੂਨੀਅਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਡੀਜ਼ਲ ਤੇ ਪੈਟਰੋਲ ਨੂੰ GST ਦੇ ਘੇਰੇ ਵਿੱਚ ਲਿਆਵੇ ਤੇ ਪੰਜਾਬ ਸਰਕਾਰ ਪੈਟਰੋਲ ਡੀਜ਼ਲ ਅਤੇ ਬਿਜਲੀ ਦਰਾਂ ਚ ਕੀਤਾ ਵਾਅਦਾ ਵਾਪਸ ਲਵੇ ਜਥੇਬੰਦੀ ਦੇ ਪ੍ਰਧਾਨ ਹਰਿੰਦਰ ਸਿੰਘ ਲਖਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਯੂਨੀਅਨ ਦੇ ਆਦੇਦਾਰ ਕਾਰਜਕਾਰੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਸ਼ਾਮਲ ਹੋ ਕੇ ਕਿਸਾਨੀ ਮੁੱਦਿਆਂ ਤੇ ਚਰਚਾ ਕੀਤੀ ਹੈ ਏਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਰ ਸਦੂ ਦੇ ਜੱਜ ਜੱਜ ਸਤਿ ਸ਼੍ਰੀ ਅਕਾਲ